ਰਸਪਿੰਦਰ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਵੱਡੇ ਵੱਡੇ ਐਲਾਨ ਹੋਏ ਤੇ ਇੱਕ ਐਲਾਨ ਹੋਇਆ ਸੀ ਮੁਹੱਲਾ ਕਲੀਨਿਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅਤੇ ਮੁਹੱਲਾ ਕਲੀਨਿਕ ਆਜ਼ਾਦੀ ਦਿਵਸ ਦੇ ਦਿਹਾੜੇ ਤੇ ਖੋਲੇ ਗਏ ਸੀ ਮੌਜੂਦ ਅੱਜ ਰਿਐਲਿਟੀ ਚੈੱਕ ਕਰਨਾ ਆ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਕਿਉਂਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਜਿੱਥੇ ਰਾਜਧਾਨੀ ਮੰਨੀ ਜਾਂਦੀ ਹੈ ਭਵਾਨੀਗੜ੍ਹ ਦੇ ਵਿੱਚ ਮੌਜੂਦਾ ਮੁਹੱਲਾ ਕਲੀਨਿਕ ਦੇ ਵਿੱਚ ਰਿਐਲਿਟੀ ਚੈੱਕ ਕਰਨ ਪਹੁੰਚੇ ਆ ਕਿਉਂਕਿ 1 ਮਹੀਨੇ ਤੋਂ ਉੱਪਰ ਦਾ ਸਮਾਂ ਲਗਭਗ ਹੋ ਚੁੱਕਿਆ ਹੈ ਮੁਹੱਲਾ ਕਲੀਨਿਕਾਂ ਦੇ ਵਿੱਚ ਕਿਉਂਕਿ ਲੋਕਾਂ ਦੀ ਸਹੂਲਤ ਨੂੰ ਲੈ ਕੇ ਇਹ ਮੁਹੱਲਾ ਕਲੀਨਿਕ ਖੋਲੇ ਗਏ ਸੀ ਕਿੰਨਾ ਕੁ ਲਾਭ ਮਿਲ ਰਿਹਾ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ 75 ਸਾਲਾਂ ਦੀ ਆਜ਼ਾਦੀ ਤੋਂ ਲੈ ਕੇ ਪਹਿਲੀ ਵਾਰ ਐਲਾਨ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦਾ ਸੀ ਮੌਜੂਦ ਹੈ ਇੱਥੇ ਸਾਡੇ ਨਾਲ ਰਿਸੈਪਸ਼ਨ ਤੇ ਮੌਜੂਦ ਨੇ ਮੈਡਮ ਕਿੰਨੇ ਕਿ ਦਵਾਈਆਂ ਕਿੰਨੇ ਕਿ ਪੇਸ਼ੈਂਟ ਆਉਂਦੇ ਨੇ ਪਰ 100 ਤੱਕ ਹੋ ਜਾਂਦੇ ਆ 80 ਦੀ ਐਵਰੇਜ ਹੈਗੀ ਹੈ ਡੈਡੀ ਦੀ ਕਿੰਨੇ ਕਿ ਟੈਸਟ ਵਗੈਰਾ ਤੇ ਕਿੰਨੀਆਂ ਕਿ ਦਵਾਈਆਂ ਇੱਥੋਂ ਮਿਲਦੀਆਂ ਜੀ 43 ਤਰ੍ਹਾਂ ਦੇ ਟੈਸਟ ਹੁੰਦੇ ਆ ਜੀ 75 ਤਰ੍ਹਾਂ ਦੀ ਮੈਡੀਸਨ ਸੋ 41 ਤਰ੍ਹਾਂ ਦੇ ਟੈਸਟ ਹੁੰਦੇ ਨੇ ਮਰੀਜ਼ਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਥੇ ਮੌਜੂਦ ਨੇ ਪੇਸ਼ੈਂਟ ਵੀ ਹਾਂਜੀ ਤੁਸੀਂ ਇੱਥੇ ਪਹਿਲੀ ਵਾਰ ਆਏ ਜਾਂ ਨਹੀਂ ਵੀਰ ਪਰ ਦੂਜੀ ਵਾਰ ਆਇਆ ਜੀ ਦਵਾਈ ਵਗੈਰਾ ਕੋਈ ਸਹੂਲਤ ਹੈ ਨਾ ਠੀਕ ਹੈ ਦਵਾਈ ਬਹੁਤ ਵਧੀਆ ਸਹੂਲਤ ਵਧੀਆ ਜੀ ਬੈਠਣ ਉੱਠਣ ਦੀ ਜਗ੍ਹਾ ਵਧੀਆ ਜੀ ਸਭ ਕੁਝ ਪ੍ਰੋਗਰਾਮ ਵਧੀਆ ਲੱਗਿਆ ਜੀ ਸਾਰੇ ਟੈਸਟ ਵਗੈਰਾ ਹੁੰਦੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਜੀ ਨਾ ਸੋ ਹੋਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਪਹਿਲੀ ਵਾਰ ਆਏ ਜਾਂ ਕਿਦਾਂ ਪਹਿਲਾਂ ਵੀ ਕਦੇ ਆਏ ਹੋ ਜੀ ਪਹਿਲਾਂ ਵੀ ਆਏ ਜੀ ਦਵਾਈਆਂ ਵਗੈਰਾ ਚ ਕੋਈ ਦਿੱਕਤ ਹੈ ਜਾਂ ਕੋਈ ਹੋਰ ਪਰੇਸ਼ਾਨੀ ਨਾ ਬਹੁਤ ਵਧੀਆ ਦਵਾਈ ਦਿੰਦੇ ਨੇ ਬਹੁਤ ਵਧੀਆ ਕੋਈ ਪ੍ਰੋਬਲਮ ਨਹੀਂ ਸੋ ਲੋਕਾਂ ਦੀ ਸਹੂਲਤ ਦੇ ਲਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਸੀ ਇੱਥੇ ਡਾਕਟਰ ਮੈਡਮ ਵੀ ਨੇ ਮਿਲਣ ਲੱਗਦਾ ਹੈ ਮੌਜੂਦ ਸੋ ਟੈਸਟਿੰਗ ਚੱਲ ਰਹੀ ਹੈ ਚਲੋ ਅਸੀਂ ਜ਼ਿਆਦਾ ਸਮਾਂ ਨਹੀਂ ਡਿਸਟਰਬ ਕਰਦੇ ਮੈਡਮ ਜੀ ਇੱਥੇ ਮੁਹੱਲਾ ਕਲੀਨਿਕ ਦੇ ਵਿੱਚ ਕਿੰਨੇ ਕੁ ਟੈਸਟ ਹੁੰਦੇ ਨੇ ਤੇ ਹੁਣ ਤੁਸੀਂ ਕੀ 41 ਤਰ੍ਹਾਂ ਦੇ ਟੈਸਟ ਹੁੰਦੇ ਨੇ ਠੀਕ ਹੈ 75 ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਨੇ ਬਾਹਰ ਸਾਰੀ ਲਿਸਟ ਅਵੇਲੇਬਲ ਹੈ ਜਿਹੜੀ ਇੱਥੇ ਨੋਟਿਸ ਬੋਰਡ ਤੇ ਲਗਾਈ ਹੋਈ ਹੈ ਬਾਕੀ ਪੇਸ਼ੈਂਟ ਹੈ ਤੁਹਾਨੂੰ ਪਤਾ ਹੀ ਨੰਬਰ ਲੱਗਦਾ ਉਹ ਆਉਂਦਾ ਫਿਰ ਉਹਨਾਂ ਨੂੰ ਦਵਾਈ ਮਿਲ ਜਾਂਦੀ ਕਿੰਨੇ ਕੁ ਮੈਡਮ ਰੋਜ਼ ਰੋਜ਼ਾਨਾ ਟੈਸਟ ਹੋ ਜਾਂਦੇ ਨੇ ਅ ਰੋਜ਼ਾਨਾ ਦੇ 20 ਸੈਂਪਲ ਚੱਲੇ ਜਾਂਦੇ ਨੇ ਬਾਕੀ ਜ਼ਰੂਰਤ ਅਨੁਸਾਰ ਟੈਸਟ ਲਿਖਦੇ ਹਾਂ ਕਿਸੇ ਦਿਨ ਜ਼ਿਆਦਾ ਵੀ ਹੁੰਦੇ ਨੇ ਜਿੰਨੂੰ ਜਿੰਨੀ ਲੋੜ ਹੈ ਉਸ ਸਾਬ ਨਾਲ ਟੈਸਟ ਹੁੰਦੇ ਨੇ ਤੇ 80 80 ਤੋਂ 90 ਜਾਂ 100 ਦੇ ਵਿੱਚ ਵਿੱਚ ਪੇਸ਼ੈਂਟ ਆ ਜਾਂਦੇ ਨੇ ਕਿਉਂਕਿ ਮੈਡਮ ਵੱਡੇ ਹਸਪਤਾਲ ਨੇ ਉਰੇ ਅਜੇ ਵੀ ਟੈਸਟ ਨੇ ਜੋ ਇੱਥੋਂ ਦੀ ਬਾਹਰ ਵੀ ਭੇਜੇ ਜਾਂਦੇ ਨੇ ਰਿਪੋਰਟ ਤਿਆਰ ਕਰਕੇ ਲੈ ਕੇ ਜੋ ਹਾਂਜੀ ਹਾਂਜੀ ਮੇਜਰ ਸਾਰੇ ਟੈਸਟ ਜਿਹੜੇ ਨੇ ਉਹ ਬਾਹਰੋਂ ਹੀ ਹੁੰਦੇ ਨੇ 슈ਗਰ ਉਰੇ ਚੈੱਕ ਹੁੰਦੀ ਹੈ ਬਾਕੀ ਸੜੀ ਜਿਹੜੀ ਕ੍ਰਿਸ਼ਨਾ ਲੈ ਵਗੀਆ ਪਟਿਆਲੇ ਨਾ ਉੱਥੇ ਜਾਂਦੇ ਨੇ ਸਾਰੇ ਸੈਂਪਲ ਉੱਥੋਂ ਹੀ ਰਿਪੋਰਟਸ ਆਉਂਦੀਆਂ ਨੇ ਸਾਰੀਆਂ ਸੋ ਲੋਕਾਂ ਦੀ ਸਹੂਲਤ ਦੇ ਲਈ ਟੈਸਟਿੰਗ ਦਾ ਵੀ ਇੱਥੇ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਮੁਹੱਲਾ ਕਲੀਨਿਕਾਂ ਦਾ ਅਤੇ ਲੋਕਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲ ਰਿਹਾ ਪਲਪਲ ਦੀ ਆਪ ਦੇ ਲਈ ਦੇਖਦੇ ਰਹੋ ਦਾ ਪੰਜਾਬ ਫਰਸ ਧੰਨਵਾਦ